ਪੰਜਾਬ ਸਰਕਾਰ ਦੇ ਡੈਪੋ ਪ੍ਰੋਗਰਾਮ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਕਾਦੀਆਂ ਵਿੱਚ ਵੱਖ ਵੱਖ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚ SMO ਕਾਦੀਆਂ ਡਾਕਟਰ ਨਿਰੰਕਾਰ ਸਿੰਘ, ਨਾਇਬ ਤਹਿਸੀਲਦਾਰ ਸਰਦਾਰ ਅਮਰਜੀਤ ਸਿੰਘ ਅਤੇ ਡਾਕਟਰ ਜਨਕ ਰਾਜ ਡਰੱਗ ਇੰਸਪੈਕਟਰ ਵੀ ਸ਼ਾਮਿਲ ਹੋਏ। ਚੈਕਿੰਗ ਦੌਰਾਨ ਉਹਨਾਂ ਵੱਲੋਂ ਲਾਇਸੈਂਸ ਅਤੇ ਰਿਕਾਰਡ ਵੀ ਚੈੱਕ ਕੀਤੇ ਗਏ ਅਤੇ ਖਾਸ ਤੌਰ 'ਤੇ ਨਸ਼ੇ ਨਾਲ ਸੰਬੰਧਿਤ ਦਵਾਈਆਂ ਸੰਬੰਧੀ ਚੈਕਿੰਗ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਨਸ਼ੇ ਦੀਆਂ ਦਵਾਈਆਂ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਬਿਨਾਂ ਡਾਕਟਰ ਦੀ ਪਰਚੀ ਦੇ ਕੋਈ ਵੀ ਦਵਾਈ ਜਾਂ ਸਰਿੰਜ ਨਹੀਂ ਦਿੱਤੀ ਜਾਵੇਗੀ। ਦੁਕਾਨਦਾਰਾਂ ਵੱਲੋਂ ਇਸ ਸੰਬੰਧੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਵਾਇਆ ਗਿਆ। ਇਤਰਾਜ਼ਯੋਗ ਚੀਜ਼ ਨਹੀਂ ਪਾਈ ਗਈ। ਉਸ ਤੋਂ ਬਾਅਦ ਸਾਰੇ ਕੈਮਿਸਟ ਸ਼ੋਪਾਂ ਦੇ ਵਿੱਚ ਲਾਇਸੈਂਸ ਚੈੱਕ ਕੀਤੇ ਗਏ ਵੀ ਸਹੀ ਤਰੀਕੇ ਨਾਲ ਵਰਤ ਕੇ ਆਪਣੇ ਲਾਇਸੈਂਸ 'ਤੇ ਕੰਮ ਕਰ ਰਹੇ ਸਾਰੇ। ਹੋਰ ਇੱਕ ਦੁਕਾਨ ਤੋਂ ਮੈਡੀਸਨ ਅਤੇ ਸੈਂਪਲ ਲੈ ਕੇ ਟੈਸਟ ਕਰਨ ਵਾਸਤੇ ਭੇਜਿਆ ਗਿਆ ਤਾਂ ਕਿ ਕੋਈ ਸਬ ਸਟੈਂਡਰਡ ਦਵਾਈ ਤਾਂ ਨਹੀਂ ਕੋਈ ਵਿਕ ਰਿਹਾ। ਇਹਦੇ ਵਿੱਚ ਕਾਫੀ ਮਤਲਬ ਸਾਰਿਆਂ ਨੇ ਸਹਿਯੋਗ ਦਿੱਤਾ ਔਰ ਸਾਰਿਆਂ ਨੂੰ ਇਹ ਹਦਾਇਤ ਕੀਤੀ ਗਈ ਕਿ ਬਿਨਾਂ ਡਾਕਟਰ ਦੀ ਪਰਚੀ ਤੋਂ ਕੋਈ ਵੀ ਦਵਾਈ ਕੈਮਿਸਟ ਸ਼ੋਪ ਵਾਲੇ ਨਹੀਂ ਵੇਚਣਗੇ। ਸਰਿੰਜਾਂ ਜਿਹੜੀਆਂ ਹੈਗੀਆਂ ਉਹ ਵੀ ਸਰਕਾਰ ਨੇ ਮਨਾ ਕੀਤੀਆਂ ਹੋਈਆਂ ਵੀ ਡਾਕਟਰ ਦੀ ਪਰਚੀ ਤੋਂ ਬਗੈਰ ਸਰਿੰਜਾਂ ਵੀ ਨਹੀਂ ਦਿੱਤੀ ਜਾਣੀਆਂ। ਇਹਦੇ ਵਿੱਚ ਉਹਨਾਂ ਨੇ ਸਾਰਾ ਭਰੋਸਾ ਦਿੱਤਾ ਕਿ ਇਹਦੇ ਵਿੱਚ ਅਸੀਂ ਪੂਰਾ ਸਹਿਯੋਗ ਦੇਵਾਂਗੇ ਸਰਕਾਰ ਨੂੰ, ਹੈਲਥ ਮਹਿਕਮੇ ਨੂੰ, ਔਰ ਇਹਦੇ ਵਿੱਚ ਅਸੀਂ ਹੋਰ ਵੀ ਚੈੱਕਅਪ ਕਰ ਰਹੇ ਹਾਂ ਸਾਰੇ ਪਾਸੇ। ਜਿੱਥੇ ਸਾਨੂੰ ਕੋਈ ਸ਼ਿਕਾਇਤ ਮਿਲੇਗੀ ਉਹਦੇ ਵੀ ਅਸੀਂ ਚੈੱਕ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਸ਼ਹਿਰ ਕਾਦੀਆਂ ਦੇ ਵਿੱਚ ਵੱਖ ਵੱਖ ਜਿਹੜੇ ਮੈਡੀਕਲ ਸਟੋਰ ਸੀ ਉਹ ਡਰੱਗ ਇੰਸਪੈਕਟਰ ਜੀ ਆਪਣੇ ਜਿਹੜੇ ਅਤੇ SMO ਸਾਹਿਬ ਕਾਦੀਆਂ ਨਾਲ ਲੈ ਕੇ ਸਟੋਰਾਂ ਦੀ ਚੈਕਿੰਗ ਕੀਤੀ ਗਈ ਹੈ। ਉਹਨਾਂ ਨੇ ਆਪਣੇ ਢੰਗ ਦੇ ਨਾਲ ਪੂਰੀ ਪੜਤਾਲ ਕੀਤੀ ਹੈ ਜਿਹੜੇ ਜਗ੍ਹਾ ਬਣੀ ਅਤੇ ਕੁਛ ਮੈਡੀਕਲ ਸਟੋਰ ਜਿਹੜੇ ਹੈਗੇ ਆ ਉਹਨਾਂ ਦੇ ਮੈਡੀਸਨ ਉਹਨਾਂ ਦੀ ਗੁਣਵੱਤਾ ਚੈੱਕ ਕਰਨ ਵਾਸਤੇ ਕੁਝ ਸੈਂਪਲ ਵੀ ਲੈ ਗਏ। ਚੈਕਿੰਗ ਦੇ ਦੌਰਾਨ ਕੋਈ ਜਿਹੜੇ ਵੀ ਮੈਡੀਕਲ ਸਟੋਰ ਦੇਖੇ ਗਏ ਆ ਉੱਥੇ ਕੋਈ ਉਹੋ ਜਿਹੀ ਕੋਈ ਮੈਡੀਸਨ ਨਹੀਂ ਜਾਂ ਨਸ਼ੇ ਵਾਲੀ ਚੀਜ਼ ਪ੍ਰਾਪਤ ਹੋਈ।